बीते दिन एक सत्कारयोग शख्सियत सरदार नरेंद्र कुमार पप्पी जी अपनी संसारिक यात्रा पूरी करते हुए पंजा तत्वों विच लीन हो गए। इन्हां दे परिवार वालों दुख विच रखे गए पाठ दे भोग गुरुद्वारा सिंह सभा पिंड कोठे रामसर ढिलवां कला विखे पाए गए। सरदार नरेंद्र कुमार पप्पी जी अपने पिछे अपने परिवार विच माता शकुंतला देवी, नवनीत कौर पत्नी, राजेंद्र कुमार नीटू जी भरा, शान बेटा, खवीर सिंह साला जी, फूल सिंह सौरा जी, सुरेंद्र कौर सास नूं सदीवी विछोड़ा दे गए। इन्हां दे परिवार वालों दुख विच एकत्र हुई सारी संगत दा तहे दिलों धन्नवाद किया गया। इसे तरह सतगुरां दे दीवान सजदे ने, गुरु साहिब जी सुहासन ते बैठे ने, सिख संगतां बैठियां ने, मत जीता भी गुरु के मैल सतगुरां दे चरणां उत्ते नमस्कार करके आन बैठे। सतगुरां नूं एक वचन किया महाराज पातशाह ਇਹ ਤੋਂ ਅੱਗੇ ਕੁਝ ਬੋਲਿਆ ਨਹੀਂ, ਸਿਰਫ ਇੰਨਾ ਹੀ ਵਚਨ ਕਿਹਾ ਵੀ ਮਾ ਕਹਿਣ ਲੱਗੇ ਮਹਾਰਾਜ ਜੋ ਮੈਂ ਦੇਖਿਆ ਕੀ ਇਹ ਸੱਚ ਹੈ। ਮਹਾਰਾਜ ਅੰਤਰਜਾਮੀ ਸਨ, ਘੱਟ ਘੱਟ ਦੀ ਜਾਣਨ ਵਾਲੇ ਸਨ। ਉਹਨਾਂ ਨੇ ਤੱਕਿਆ ਵੀ ਮਾਤਾ ਜੀਤਾ ਨੇ ਸਾਰਾ ਵਰਤਾਂਤ ਦੇਖ ਲਿਆ ਵੀ ਅੱਗੇ ਕੀ
ਇਹ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਸਹਿਜ ਪੜ ਪ੍ਰਕਾਸ਼ ਹੋਏ ਸਨ ਜਿਸਦੇ ਅੰਮ੍ਰਿਤ ਮੇਰੇ ਕੋਲ ਪਾਈ ਗਏ ਸਵੇਰੇ ਸਵੇਰੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਸ੍ਰੀ ਚਰਨ ਹੋਏ ਹਨ ਆਪ ਜੀ ਦੀ ਗ੍ਰੰਥੀ ਸਿੰਘਾਂ ਤੋਂ ਗੁਰਬਾਣੀ ਪੜ੍ਹਦਿਆਂ ਰਾਜੀ ਸਿੰਘਾਂ ਤੋਂ ਸ੍ਰੀ ਚਰਨ ਕਰਦਿਆਂ ਕੀਰਤਨ ਕਰਦਿਆਂ ਇੱਕ ਵੀ ਨੇਕਾਂ ਭੁੱਲਾਂ ਰਹਿ ਗਈਆਂ ਹੋਣੀਆਂ ਅਨੁਪੂਰਨ ਬੱਚੇ ਸੁਣ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੇ ਸੋ ਸੀਸ ਚਰਨ ਕਰਨ ਦੇ ਕੀਰਤਨ ਕਰਨ ਦੇ ਸਵਰਗ ਬਖਸ਼ ਕਰਨੇ ਆਪ ਜੀ ਦੀ ਗੁਰਬਾਣੀ ਦੇ ਪ੍ਰਭਾਵ ਕੀਰਤਨ ਦੇ ਪ੍ਰਭਾਵ ਵਿਚਲੇ ਹੋਰ ਬਖਸ਼ ਕਰਨੇ ਚਰਨਾ ਚ ਨਵਾਸਾ ਬਖਸ਼ ਕਰਨਾ ਸਚਖੰਡ ਨਵਾਸਾ ਬਖਸ਼ ਕਰਨਾ ਇੱਥੇ ਬਾਣੀ ਦਾ ਪਿੱਛੇ ਪਰਵਾਰ ਜੁਸਤੇ ਲੈ ਸੰਦੇ ਨੂੰ ਭਾਣਾ ਮੰਨਣ ਦਾ ਬਖਸ਼ ਕਰਨਾ ਸਤਿਗੁਰ ਜੀਓ ਆਪ ਜੀ ਦੇ ਪਰਿਵਾਰ ਨੇ ਅਣਗਿਣਤ ਨੇਕੀ ਸੇਵਾ ਕੀਤੀ ਸੇਵਾ ਕਰਦਿਆਂ ਏਕ ਨੇ ਨੇਕਾ ਭੁਲਾ ਰਹੀਆਂ ਹੋਣੀਆਂ ਅਨਪੁਰ ਬੱਚੇ ਸੁਣ ਕੇ ਮਾਫ਼ ਕਰਨਾ ਹੋਣੀਆਂ ਤਿਲ ਪੁਰਮ ਕਾਵਾਂ ਗੁਰੂ ਕਰਨ ਦੇ ਕੇ ਉਸ ਕਰਨੀਆਂ ਕਾਲ ਕੰਠਕ ਮੂਲ ਕਰਨੀ ਪਰਿਵਾਰ ਵੱਲੋਂ ਦੁੱਤਿਆਂ ਦਰਤਾਂ ਚੋਂ ਆਪ ਜੀ ਨੂੰ ਸੋਨੇ ਜੀ ਛਾ ਕੇ ਉਭਾਏ ਗਏ ਅੰਗੀਕਾਰ ਤੋਂ ਇਹਨਾਂ ਸੰਗਤਾਂ ਦੇ ਕਰਕੇ ਉਹਨੇ ਮਨ ਦੇ ਵਿੱਚ ਈਰਖਾ ਰੱਖੀ
ਚੌਪੜ ਤਿਆਰ ਕੀਤੀ ਉਹਨਾਂ ਨੇ ਪਾਣਵਾਂ ਨੇ ਜੂਆ ਖੇਡਣ ਵਾਸਤੇ। ਉਹ ਚੌਪ ਦੇ ਵਿੱਚ ਉਸ ਵਿਰੋਧਤਾ ਕਰਕੇ ਫਿਰ ਸਾਰਾ ਕੁਝ ਦਾਲ ਦੇ ਇੱਕ ਦੂਸਰੇ ਨੂੰ ਲਾਉਂਦੇ ਨੇ, ਵਿਰੋਧਤਾ ਨੂੰ ਵੀ ਜਿੱਤਿਆ ਜਾਂਦਾ ਹੈ ਜੂਏ ਵਿੱਚ, ਕਿੰਨਾ ਕੁਝ ਹੁੰਦਾ ਹੈ, ਕਾਰਨ ਬਣਦਾ ਹੈ। ਅਤੇ ਪਰਿਵਾਰ ਦੇ ਜਿਹੜੇ ਮੈਂਬਰ ਹੈ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੁੰਦੇ, ਸਾਰਾ ਪਰਿਵਾਰ ਇੱਕ ਇੱਕ ਕਰਕੇ 100 ਭਰਾ ਜਿਹੜੇ ਨੇ ਇੱਕ ਇੱਕ ਕਰਕੇ ਜੰਗ ਵਿੱਚ ਸ਼ਹੀਦ ਹੋ ਜਾਂਦੇ ਨੇ। ਇਸ ਤਰ੍ਹਾਂ ਕਹਿਣ ਤੋਂ ਭਾਵ ਕਿ ਕੋਈ ਵੀ ਜਗਤ ਦੇ ਜਿਹੜੇ ਵਰੇ ਹੋਏ ਨੇ ਇਹਨਾਂ ਦੇ ਸ਼ਾਦੀਆਂ ਦੇ ਗਾਨੇ ਜਿਹੜੇ ਨੇ ਵੱਧ ਚੁੱਕੇ ਨੇ, ਵਧੇ ਹੋਏ ਨੇ। ਚਲੋ ਉਹਨੇ ਸੋਚਿਆ ਵੀ ਮਹਾਰਾਜ ਜੀ ਕੋਈ ਰਜਾ ਹੋਵੇਗੀ, ਮਨ ਵਿੱਚ ਸੋਚਦੀ ਹੈ ਵੀ ਮੈਨੂੰ ਤੇ ਪਾਤਸ਼ਾਹ ਨੇ ਦੱਸਿਆ ਨਹੀਂ ਕਿਹੜੇ ਵੇਲੇ ਪੁੱਤਰ ਵਰ ਦਿੱਤੇ, ਕਿਹੜੇ ਵੇਲੇ ਉਹਨਾਂ ਦੇ ਸ਼ਾਦੀਆਂ ਦੇ ਗਾਨੇ ਬੰਨ ਦਿੱਤੇ। ਇਸੇ ਤਰ੍ਹਾਂ ਸਤਿਗੁਰਾਂ ਦੇ ਦੀਵਾਨ ਸਜਦੇ ਨੇ, ਗੁਰੂ ਸਾਹਿਬ ਜੀ ਸੁਖਾਸਨ 'ਤੇ ਬੈਠੇ ਨੇ, ਸਿੱਖ ਸੰਗਤਾਂ ਬੈਠੀਆਂ ਨੇ, ਮਾਤ ਜੀਤਾ ਵੀ ਗੁਰੂ ਕੇ ਮਹਿਲ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਆਣ ਬੈਠੇ। ਸਤਿਗੁਰਾਂ ਨੂੰ ਇੱਕ ਬਚਨ ਕੀਤਾ ਮਹਾਰਾਜ ਪਾਤਸ਼ਾਹ, ਇਹਤੋਂ ਅੱਗੇ ਕੁਝ ਬੋਲਿਆ ਨਹੀਂ, ਸਿਰਫ ਇੰਨਾ ਹੀ ਬਚਨ ਕਿਹਾ ਵੀ ਮਾ ਕਹਿਣ ਲੱਗੇ ਮਹਾਰਾਜ ਜੋ ਮੈਂ ਦੇਖਿਆ ਕੀ ਇਹ ਸੱਚ ਹੈ। ਮਹਾਰਾਜ ਅੰਤਰਜਾਮੀ ਸਨ, ਘੱਟ ਘੱਟ ਦੀ ਜਾਣਨ ਵਾਲੇ ਸਨ, ਉਹਨਾਂ ਨੇ ਤੱਕਿਆ ਵੀ ਮਾਤਾ ਜੀਤਾ ਨੇ ਸਾਰਾ ਵਰਤਾਂਤ ਦੇਖ ਲਿਆ ਵੀ ਅੱਗੇ ਕੀ ਹੋਣਾ ਕੀ ਹੋਵੇਗਾ। ਮਹਾਰਾਜ ਨੂੰ ਇੰਨਾ ਬਚਨ ਕਿਹਾ ਵੀ ਜੀਤਾ ਜੋ ਤੂੰ ਦੇਖਿਆ ਉਹ ਸੱਚ ਹੈ, ਇਹ ਹੋਣਾ ਹੈ, ਇਹ ਵਿਧੀ ਦਾ ਉਦਾਹਰਣ ਹੈ, ਇਹ ਹੋ ਕੇ ਰਵੇਗਾ, ਇਹ ਹਲੇਗਾ ਜੀ। ਅਤੇ ਉੱਥੇ ਮਾਤਾ ਜੀਤਾ ਨੇ ਬਚਨ ਕੀਤਾ ਵੀ ਪੁੱਤਰਾਂ ਨੂੰ ਮਾਵਾਂ ਕਦੇ ਸ਼ਰੀਰ ਮੁੰਡੇ ਤੱਕ ਨਹੀਂ ਸਕਦੀਆਂ, ਦੁਨੀਆਂ ਤੋਂ ਜਾਂਦੇ ਤੱਕ ਨਹੀਂ ਸਕਦੀਆਂ, ਅਤੇ ਕਿਰਪਾ ਕਰੋ ਫਿਰ ਮੈਂ ਮਾਤਾ ਹੈ, ਮੈਂ ਮਾਂ ਹੈ, ਮੈਥੋਂ ਤਾਂ ਦੇਖਿਆ ਨਹੀਂ ਜਾਣਾ, ਮਹਾਰਾਜ ਮੈਨੂੰ ਆਗਿਆ ਦਿਓ ਮੈਂ ਜਗਤ ਤੋਂ ਪਹਿਲੇ ਅੱਖਾਂ ਮੀਚ ਜਾਵਾਂ, ਪਹਿਲੇ ਚਲੀ ਜਾਵਾਂ, ਮਾਂ ਹੁੰਦੀ ਹੈ। ਕਿਉਂਕਿ ਪੁੱਤਰਾਂ ਦੇ ਦੁੱਖ ਜਿਹੜੇ ਨੇ ਉਹ ਮਾਵਾਂ ਕਦੇ ਚੱਲ ਨਹੀਂ ਸਕਦੀਆਂ, ਜਿਨ੍ਹਾਂ ਨੇ ਬੜੇ ਦੁੱਖਾਂ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੁੰਦਾ ਹੈ। ਆਪ ਜੀ ਦੇਖਦੇ ਹੋ ਸਿਆਲ ਦੀਆਂ ਰਾਤਾਂ ਹੁੰਦੀਆਂ ਅਤੇ ਆਪਾਂ ਕਦੇ ਵਿਸ਼ਰਾਮ ਕਰਦੇ ਹੋਈਏ ਅਤੇ ਆਪਾਂ ਨੂੰ ਕੋਈ ਜਗਾ ਦੇਵੇ ਨਾ ਤਾਂ ਬੜਾ ਗੁੱਸਾ ਆਉਂਦਾ ਹੈ। ਅਤੇ ਜਦੋਂ ਬੱਚਾ ਹੁੰਦਾ ਹੈ, ਛੋਟਾ ਹੁੰਦਾ ਹੈ ਨਾ ਬਾਲਕ, ਉਦੋਂ ਮਾਂ ਨੂੰ ਪਤਾ ਨਹੀਂ ਕਿੰਨੇ ਕੁ ਵਾਰ ਉੱਠਣਾ ਪੈਂਦਾ, ਕਿੰਨੇ ਕੁ ਵਾਰ ਜਾਗਣਾ ਪੈਂਦਾ, ਵਾਰ ਵਾਰ ਕਦੇ ਰੋਂਦਾ, ਦੁੱਧ ਦਿੰਦੀ ਹੈ ਮਾਂ, ਕਦੇ ਵੇਲਾ ਹੁੰਦਾ ਅਤੇ ਸੁੱਕੇ ਥਾਂ ਕਰਦੀ ਹੈ ਮਾਂ, ਕਦੇ ਉਹਦੇ ਕੱਪੜੇ ਬਦਲਦੀ ਹੈ, ਸਾਰੀ ਸਾਰੀ ਰਾਤ ਜਾਗ ਕੇ ਨਵਾਉਂਦੀ ਹੈ ਮਾਂ ਆਪਣੇ ਬੱਚੇ ਦੇ। ਕਿਉਂਕਿ ਥੋੜ੍ਹਾ ਜਿਹਾ ਵੀ ਦੁੱਖ ਪੁੱਤਰ 'ਤੇ ਹੁੰਦਾ ਅਤੇ ਮਾਂ ਤੋਂ ਚੱਲਿਆ ਨਹੀਂ ਜਾਂਦਾ, ਮਾਂ ਦਾ ਹਿਰਦਾ ਹੀ ਹਿੱਸਾ ਹੈ। ਮਾਂ ਦਾ ਹਿਰਦਾ ਸਤਿਗੁਰੂ ਵੀ ਇੱਕ ਮਾਂ ਦੀ ਤਰ੍ਹਾਂ ਹੀ ਆ, ਉਹ ਵੀ ਦਇਆਵਾਨ ਹੈ। ਸਤਿਗੁਰੂ ਦੀ ਬਾਣੀ ਪੜ੍ਹੀਏ ਅਤੇ ਮਹਾਰਾਜ ਕਹਿੰਦੇ ਸੋਤੇ ਅਪਰਾਧ ਕਰਤ ਹੈ ਜੇਤੇ ਜਰਨੀ ਚੀਤਨਾ, ਰਾਖਸ ਦਿਲ ਦੇ ਰਾਮਈਆ ਹੋ ਬਾਰਿਸ਼ ਤੇਰਾ ਕਾਹੇ ਨਾ ਕੱਢ ਤੂੰ ਅਵਗੁਣ ਮੇਰਾ। ਮਾਂ ਕਦੇ ਬੱਚਿਆਂ ਦੇ ਅਵਗੁਣ ਗੁਣਾਂ ਤੱਕਦੀ ਨਹੀਂ ਹੈ, ਬੜੇ ਦੁੱਖਾਂ ਨੂੰ ਮੰਡਾ ਕੇ, ਸੰਤਾਪਾਂ ਨੂੰ ਮੰਡਾ ਕੇ ਆਪਣੇ ਬਾਲਕ ਨੂੰ, ਆਪਣੇ ਬੱਚਿਆਂ ਨੂੰ ਮਾਂ ਪਾਲਦੀ ਹੈ। ਹੁਣ ਮਾਂ ਜੀਤਾ ਕਹਿਣ ਲੱਗੀ ਵੀ ਮੈਥੋਂ ਤੇ ਮਹਾਰਾਜ ਇਹ ਸਭ ਕੁਝ ਦੇਖਿਆ ਨਹੀਂ ਜਾਣਾ, ਵੀ ਵਿਧੀ ਦਾ ਵਿਧਾਨ ਹੈ ਵੀ ਹੋਣਾ ਹੀ ਹੈ, ਕਿਉਂਕਿ ਸਤਿਗੁਰੂ ਨੇ ਹੁਕਮ ਮੰਨਿਆ, ਗੁਰੂ ਸਾਹਿਬਾਂ ਨੇ ਹੁਕਮ ਮੰਨਿਆ, ਪਾਤਸ਼ਾਹ ਸਭ ਕੁਝ ਕਰਨ ਕਰਾਵਣ ਹਾਲ ਸਨ, ਉਹ ਸਭ ਕੁਝ ਕਰ ਸਕਦੇ ਸੀ, ਪਰ ਕੋਈ ਆਪਣੀ ਸ਼ਕਤੀ ਨਹੀਂ ਦਿਖਾਈ, ਕੋਈ ਕਿਸੇ ਤਰ੍ਹਾਂ ਦਾ ਕੋਈ ਹੇਰ ਫੇਰ ਨਹੀਂ ਕੀਤਾ, ਉਸ ਮਾਲਕ ਦੇ ਹੁਕਮ ਨੂੰ ਮੰਨਿਆ, ਉਹਦੇ ਹੁਕਮ ਅੰਦਰ ਸਭ ਕੁਝ ਸਹਿਣ ਕੀਤਾ। ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਿਨ ਮਨਾ ਰਹੇ ਹਾਂ, ਅੱਜ ਦਾ ਦਿਨ ਵੀ ਉਹਨਾਂ ਦਾ ਹੈ। ਦੇਖਦੇ ਹਾਂ ਗੁਰੂ ਪਾਤਸ਼ਾਹ ਨੂੰ, ਦੇਖੋ ਤੱਤੀ ਰੇਤ ਉੱਪਰ ਪਾਈ ਗਈ, ਤੱਤੀ ਤਵੀ 'ਤੇ ਬਿਠਾਇਆ ਗਿਆ, ਦੇਗ ਵਿੱਚ ਉਬਾਲਿਆ ਗਿਆ, ਅਤੇ ਫਿਰ ਵੀ ਉਹਨਾਂ ਨੇ ਕੋਈ ਕਰਾਮਾਤ ਨਹੀਂ ਦਿਖਾਈ। ਮੀਆਂ ਮੀਰ ਆਇਆ ਅਤੇ ਕਹਿਣ ਲੱਗਾ ਮਹਾਰਾਜ ਮੰਦਗੀ ਵਾਲਾ ਸੀ, ਨਿਗਾਹ ਵਾਲਾ ਸੀ, ਕਿਰਪਾ ਕਰੋ ਜੇ ਹੁਕਮ ਦਿਓ ਅਤੇ ਮੈਂ ਹੁਣੇ ਤਖ਼ਤ ਪਲਟ ਦਿੰਦਾ, ਮਾੜਾ ਜਿਹਾ ਮੈਨੂੰ ਹੁਕਮ ਕਰੋ ਸਹੀ। ਮਹਾਰਾਜ ਕਹਿੰਦੇ ਨਹੀਂ, ਉਸ ਮਾਲਕ ਦੀ ਰਜ਼ਾ ਹੈ, ਉਹਦਾ ਹੁਕਮ ਹੈ, ਉਹਦਾ ਹੁਕਮ ਮੰਨਣਾ ਹੀ ਪੈਂਦਾ, ਜਿਉਂ ਜਿਉਂ ਤੇਰਾ ਹੁਕਮ
ਤੇ ਹੁਮਣਾ ਜਹਿ ਦੇ ਰੱਖੇ ਆਪ ਤੇ ਜਾਏ ਖੜੋ ਉਹਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਮਹਾਰਾਜ ਉੱਥੇ ਵੀ ਬਚਨ ਕਰਦੇ ਨੇ ਭਾਈ ਇਹ ਹੋਣਾ ਹੈ, ਤੇ ਉਹ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੀ ਬੈਠੇ ਹੋਏ ਤੇ ਤੱਤੀ ਤਵੀ ਦੇ ਉੱਤਰ ਬੈਠੇ ਹੋਏ ਇੱਕ ਸ਼ਬਦ ਗਾਇਨ ਕਰ ਰਹੇ ਨੇ, ਤੇਰਾ ਕੀਆ ਮੇਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਨਦਾ। ਮਹਾਰਾਜ ਮੈਨੂੰ ਇਹ ਤੇਰੀ ਰਜਾ ਇਹ ਤੇਰਾ ਪਾਣਾ ਚੰਗਾ ਲੱਗਦਾ, ਇਹ ਤੈਨੂੰ ਚੰਗਾ ਲੱਗਦਾ ਤੇ ਫਿਰ ਮੈਨੂੰ ਵੀ ਚੰਗਾ ਲੱਗਦਾ ਹੈ। ਜੇ ਮੇਰੇ ਮਾਲਕ ਨੂੰ ਇਹ ਪਾਉਂਦਾ ਤੱਤੀ ਤਵੀ ਤੇ ਬਿਠਾਉਣਾ ਹੈ, ਜੇ ਮੇਰੇ ਮਾਲਕ ਨੂੰ ਇਹ ਪਾਉਂਦਾ ਦੇਗ ਵਿੱਚ ਬਾਲਣਾ ਹੈ, ਜੇ ਮੇਰੇ ਮਾਲਕ ਨੂੰ ਇਹ ਪਾਉਂਦਾ ਰੇਤ ਤੱਤੀ ਸੀਨ ਤੇ ਪਵਾਉਣੀ ਹੈ, ਤੇ ਫਿਰ ਮਹਾਰਾਜ ਇਹ ਤੇਰਾ ਹੁਕਮ ਹੀ ਹੈ ਨਾ, ਹੋਰ ਕੀ ਹੈ। ਤੇਰਾ ਕੀਆ ਮਿੱਠਾ ਲੱਗਦਾ, ਮੈਨੂੰ ਤੇਰਾ ਹੁਕਮ ਮਿੱਠਾ ਲੱਗਦਾ ਹੈ, ਕਿਉਂਕਿ ਰਜਾ ਵਾਲਿਆਂ ਦੀ ਗੱਲ ਹੈ, ਜਿਹੜੇ ਭਾਣੇ ਇੱਧਰ ਚੱਲਦੇ ਨੇ ਉਹਨਾਂ ਦੀ ਗੱਲ ਹੈ। ਉਹ ਸਤਿਗੁਰਾਂ ਦੇ ਦੁੱਖ ਸੁੱਖ ਤੇਰੇ ਭਾਣੇ ਹੋਵੇ, ਦੁੱਖ ਤੇ ਸੁੱਖ ਨੂੰ ਦੋਨਾਂ ਨੂੰ ਉਸ ਪਰਮਾਤਮਾ ਦਾ ਹੁਕਮ ਮੰਨਦੇ ਨੇ, ਉਹਦਾ ਭਾਣਾ ਮੰਨਦੇ ਨੇ, ਉਹਦੀ ਰਜਾ ਮੰਨਦੇ ਨੇ। ਦੁੱਖ ਆਉਂਦਾ ਤਾਂ ਵੀ ਰਜਾ ਹੈ, ਸੁੱਖ ਆ ਗਏ ਤਾਂ ਵੀ ਉਹਦੀ ਰਜਾ ਵਿੱਚ ਹੈ। ਤੇ ਜਿੱਤਾਂ ਵੀ ਇਹ ਤੇ ਸਭ ਕੁਝ ਹੋਣਾ ਹੀ ਹੈ। ਵੱਡੇ ਬੱਚਿਆਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣਾ, ਜੰਗ ਹੋਵੇਗੀ, ਪਰ ਛੋਟਿਆਂ ਨੇ ਸਰਹੰਦ ਨੀਆਂ ਵਿੱਚ ਨਹੀਂ ਜਾਣਾ। ਇਹ ਸਭ ਕੁਝ ਹੋਣਾ ਜੋ ਤੂੰ ਦੇਖਿਆ, ਪਰ ਤੇਰੀ ਮਰਜ਼ੀ ਹੈ ਉਸ ਪਰਮਾਤਮਾ ਦੀ ਰਜਾ ਨੂੰ ਸਹਿਣ ਕਰਨਾ ਦੇਖਣਾ, ਜਾਂ ਤੂੰ ਦੁਨੀਆਂ ਤੋਂ ਜਗਤ ਤੋਂ ਜਾਣਾ, ਇਹ ਤੇਰੀ ਖੁਸ਼ੀ ਹੈ। ਪਰ ਇਹ ਸਭ ਕੁਝ ਹੋਵੇਗਾ, ਵਿਧੀ ਦਾ ਵਿਧਾਨ ਹੈ। ਜੋ ਜੋ ਪਰਮਾਤਮਾ ਨੇ ਸਾਡੀ ਜ਼ਿੰਦਗੀ ਵਿੱਚ ਸਾਡੇ ਜੀਵਨ ਦੇ ਵਿੱਚ ਲਿਖਿਆ ਹੁੰਦਾ, ਉਹ ਦੁੱਖ ਤੇ ਸੁੱਖ ਸਾਨੂੰ ਸਹਿਣ ਕਰਨੇ ਪੈਂਦੇ ਵੀ, ਉਹਨਾਂ ਦੁੱਖਾਂ ਵਿੱਚ ਦੀ ਲੰਘਣਾ ਪੈਂਦਾ ਹੈ, ਉਹਨਾਂ ਦੁੱਖਾਂ ਨੂੰ ਬਣਾਉਣਾ ਪੈਂਦਾ ਹੈ। ਕਿਉਂ ਕਿਸੇ ਨੂੰ ਦੁੱਖ ਦੇਈ ਜਾਂਦਾ, ਕਿਸੇ ਨੂੰ ਸੁੱਖ ਦੇਈ ਜਾਂਦਾ, ਨਹੀਂ, ਇਹ ਦੋਨੋਂ ਦੁੱਖ ਕਰਮਾਂ ਦੁਆਰਾ ਸੁੱਖ ਹੈ, ਕਰਮਾਂ ਦੁਆਰਾ ਦੁੱਖ ਹੈ। ਜ਼ਿੰਦਗੀ ਦਾ ਜੋ ਆਪਾਂ ਭੋਗਦੇ ਹਾਂ ਇਹ ਆਪਣੇ ਕਰਮਾਂ ਦਾ ਦੁੱਖ ਸੁੱਖ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜੈਸਾ ਬੀਜੇ ਸੋਲ, ਬੀਜੇ ਹੋਏ ਕਰਮ ਜਿਹੜੇ ਨੇ ਉਹ ਭੋਗਣੇ ਪੈਂਦੇ ਨੇ, ਉਹ ਸੰਤਾਪ ਭੋਗਣਾ ਪੈਂਦਾ ਹੈ। ਇਸ ਲਈ ਨਾ ਬਾਲਕ ਨਾ ਯੋਗ ਨੇ ਨਾ ਪ੍ਰਤੀ ਕਿਸ਼ਮੰਦ, ਉਹ ਵੇਲਾ ਨਾ ਬੁੱਝੇ ਜੋ ਆਏ ਪਰੇ ਜੰਮ ਬੰਦ ਕਦੋਂ ਜਮਾ ਹੈ, ਇਹ ਕਿਸੇ ਜੀਵਨ ਨੂੰ ਖਬਰ ਨਹੀਂ ਹੈ, ਪਤਾ ਨਹੀਂ ਹੈ। ਪਰ ਜਦੋਂ ਇਹ ਜਗਤ ਤੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਮਰਨ ਲਿਖਾਏ ਮੰਡਲ ਮੈਂ ਆਏ, ਜਗਤ ਤੇ ਆਉਣ ਤੋਂ ਪਹਿਲਾਂ ਮਰਨਾ ਲਿਖਾ ਕੇ ਆਉਣੇ ਹੈ। ਪਰ ਜਗਤ ਵਿੱਚ ਆ ਕੇ ਇਹ ਦਾ ਨਹੀਂ ਪਤਾ ਵੀ ਜਿਹੜੀ ਮੌਤ ਹੈ ਕਿਸ ਪ੍ਰਕਾਰ ਦੀ ਆਵੇਗੀ, ਕਿੱਦਾਂ ਦੀ ਆਵੇਗੀ, ਸੁਖੀ ਆਵੇਗੀ, ਦੁਖੀ ਆਵੇਗੀ, ਕਿਸ ਪ੍ਰਕਾਰ ਦੀ ਮੌਤ ਆਉਣੀ ਹੈ, ਇਹ ਵੀ ਕਿਸੇ ਜੀਵ ਨੂੰ ਪਤਾ ਨਹੀਂ ਹੈ। ਇਸ ਲਈ ਮਾਲਕ ਕਹਿੰਦੇ ਜਤਨ ਦੇ ਨਾਲ ਕੋਈ ਰੱਖ ਨਹੀਂ ਸਕਦਾ। ਤਾਂ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਖੜੇ ਬਾਜ਼ਾਰ ਚਲੇ ਗਏ ਤੇ ਬਾਜ਼ਾਰ ਦੇ ਵਿੱਚ ਤੁਰੇ ਫਿਰਦੇ ਨੇ ਰੱਟਾਂ ਦੇ ਉੱਪਰ, ਕਹਿੰਦੇ ਭਾਈ ਸਾਨੂੰ ਇੱਕ ਆਨੇ ਦਾ ਸੱਚ ਚਾਹੀਦਾ, ਇੱਕ ਆਨੇ ਦਾ ਝੂਠ ਚਾਹੀਦਾ। ਤੇ ਜਿਨ੍ਹਾਂ ਨੂੰ ਇਸ ਗੱਲ ਦੀ ਵਿਚਾਰ ਦੀ ਸਮਝ ਨਹੀਂ ਸੀ, ਸੋਝੀ ਨਹੀਂ ਸੀ, ਜਿਹੜੇ ਗਿਆਨ ਨਹੀਂ ਰੱਖਦੇ ਸਨ, ਉਹ ਮਖੌਲ ਕਰਦੇ ਨੇ, ਉਹ ਪੁੱਛਣਾ ਕਰਦੇ ਨੇ। ਉਹ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਾ ਜੀ ਇਹਨਾਂ ਨੂੰ ਕੁਝ ਗਿਆਤ ਹੁੰਦੀ ਹੈ, ਸਮਝ ਹੁੰਦੀ ਹੈ, ਸੋਝੀ ਹੁੰਦੀ ਹੈ। ਪਾਤਸ਼ਾਹ ਤੂੰ ਕਮਲੀ ਨਹੀਂ, ਜਿਨ੍ਹਾਂ ਨੇ ਇਹ ਸੌਦਾ ਲੈਣ ਵਾਸਤੇ ਭੇਜ ਦਿੱਤਾ, ਬਾਜ਼ਾਰ ਦੇ ਵਿੱਚ ਮਰਦਾਨਾ 2% ਲੈ ਕੇ ਤੁਰਿਆ ਫਿਰਦਾ ਹੈ। ਇੱਕ ਆਨੇ ਦਾ ਸੱਚ ਚਾਹੀਦਾ, ਇੱਕ ਆਨੇ ਦਾ ਝੂਠ ਚਾਹੀਦਾ। ਮਰਦਾਨੇ ਦੇ ਕੋਲ 2 ਆਨੇ ਪਕੜੇ ਨੇ, ਮੋੜੇ ਨੂੰ ਸਮਝ ਸੀ, ਮੋੜੇ ਨੇ ਸੰਗਤ ਕੀਤੀ ਸੀ, ਉਹਨੂੰ ਗਿਆਨ ਸੀ, ਸੋਝੀ ਸੀ। ਉਹਨੇ ਇੱਕ ਕਾਗਜ਼ ਚੁੱਕਿਆ ਤੇ ਉਹ ਕਾਗਜ਼ ਦੇ 2 ਟੁਕੜੇ ਕਰ ਲਏ, ਇੱਕ ਦੇ ਉੱਪਰ ਸੱਚ ਤੇ ਝੂਠ ਦੋਨੋਂ ਚੀਜ਼ਾਂ ਲਿਖਣੀਆਂ ਕੀਤੀਆਂ। ਇੱਕ ਤੇ ਲਿਖਿਆ ਵੀ ਜਿਹੜਾ ਮਰਨਾ ਹੈ ਇਹ ਸੱਚ ਹੈ, ਜਿਹੜਾ ਜਿਉਣਾ ਹੈ ਇਹ ਝੂਠ ਹੈ। ਇੱਕ ਤੇ ਜਿਉਣਾ ਜਿਹੜਾ ਹੈ ਉਹ ਝੂਠ ਲਿਖਿਆ ਤੇ ਮਰਨਾ ਸੱਚ ਲਿਖਿਆ, ਦੋਨੇ ਜਿਹੜੇ ਕਾਗਜ਼ ਸਨ ਉਹ ਮਰਦਾਨਾ ਜੀ ਨੂੰ ਫੜਾ ਦਿੱਤੇ, 2 ਆਨੇ ਆਪਣੇ ਪਾਸ ਰੱਖ ਲਏ। ਮਰਦਾਨਾ ਜੀ ਉਹ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਚਲਾ ਗਿਆ ਤੇ ਜਾ ਕੇ ਮਹਾਰਾਜ ਨੂੰ ਉਹ ਕਾਗਜ਼ ਜਿਹੜੇ ਫੜਾ ਦਿੱਤੇ। ਮਹਾਰਾਜ ਤੁਸੀਂ ਤੇ ਕਹਿੰਦੇ ਸੀ ਵੀ ਇਹ ਸੌਦਾ ਕਰਕੇ ਆ, 2 ਆਨਿਆਂ ਦਾ ਸੌਦਾ ਲੈ ਕੇ ਆ,
महाराज मैनू तो कुछ समझ नहीं आया कागज के दो टुकड़े दिते ने इन्हों के उपर दो अक्षर पाए ने अक्षर पाए ने यह महाराज मेरी समझ में नहीं आया। गुरु नानक पातशाह कहते बरदानिया वो सोझी वाला है वो समझ वाला है भाई मोला जिदे को तो ये सौदा लैके आया ना उन्हें यह समझ में पौना किया। महाराज ने फिर पूछता मरदाना महाराज की कह रहे भी भाई जरा जमना है संसार के उत्ते जीवन है ये झूठा है जरा मरना है ये सच है इसलिए संसार जरा है। महाराज कहते एक कोई प्राणी होंगे कि आप कहने जी फलाना इतने होने से वो यकीन नहीं आता भी फलाना प्राणी चढ़ाई कर गया उसकी मृत्यु हो गई उसकी मौत हो गई ये परमात्मा का हुक्म है। जो वह हुक्म आता है उदों उस जीव के जेडे बोल ने वो भी खत्म हो जाते हैं समाप्त हो जाते हैं जिहड़ियां साडे नाल विचारा करदा साडे नाल गल्लां करदा है वो धरतियां नाल गल्लां करदा है जां जिहड़ी ज्योतिस्तां विच साडे हुंदी है बोलण वाली वो जदों खिच लैंदा है ये सब परमात्मा की कला अपनी है। तुसीं सुण वाले हो जे अंदर बोलण वाला भी आप है सुन वाला भी आप है सतगुरु की बाणी पढ़िए महाराज कहिंदे कथता वक्ता सुनता सोई कथन वाला भी आप सुन वाला भी आप करता वक्ता सुनता सोई आप विचारे सो ग्यानी कोई पर जिहड़ा आपे ही विचार कर लैंदा है उहनूं कोई ज्ञान सतगुरु जी उहनूं सोझी दे दिंदे ने समझ दे दिंदे ने। मरदानिया उसने सच ते झूठ नूं पौणा कीता दुनिया संसार जिहड़ा है ये कूड़ है ये सच नहीं है। ते पातशाह ने गुरबाणी विच शब्द भी किया जो आप जी ने पहला शब्द सरवण कीता सी भी कूड़ राजा कूड़ प्रजा कूड़ सब संसार कूड़ मंडप कूड़ माड़ी कूड़ वैसन हार कूड़ सोयना कूड़ रूपा कूड़ पहनन हार कूड़ काया कूड़ कपड़ कूड़ रूप पार कूड़ मिया कूड़ बेबे खप होए खार किस नाल कीचे द्रोह की सब जग चलन हार। ये सारा संसार ही चलन वाला है हर एक जीव ने इस दुनिया के उत्तों चले जाना है पर उदों बड़ा दुख होंगे सानू जदों कोई अपने परिवार में छोटी उम्र थोड़ी उम्र के चला जाता है असं बड़े दुखी होंगे हैं पर यह परमात्मा का हुक्म है वो रजा है इतने अपना कोई जोर नहीं है। कोई प्राणी आप देखिए बड़े दुखी होंगे ने दुख जोड़ा इन्ना बड़ा लंबा हो जाता है बड़िया सौदियाँ बड़िया दवाइया करके देख लेते हैं वो राजी नहीं होंगे दुख कटे ही नहीं जाता योजे प्राणी देखे ने जिन्होंने दुख जो बढ़ जाता है कर्म रोग बन जाता है शरीर में किरम तक चल जाते हैं कीड़े चल जाते हैं तो वह प्राणी फिर रब के कोलों मौत मोह मंगते हैं महाराज कृपा करो इधर से मैं मौत दे दो मूँह से पर्दा पा दो मैं दुनिया को चला जावा एडे एडे दुखी ने दुनिया के उत्ते किसी ने अपनी भैन किसी ने भरा किसी ने माता किसी ने पिता किसी ने पुत्र किसी ने धी हर एक जीव ने कोई ना कोई अपना खोया है। दुनिया से कोई ऐसा नहीं है जिंद जिंदगी विच कोई दुनिया तो कोई गया ना हो परिवार का मिले ये जीवन विच दुख ना हो पर यह दुख का पता कदों लगता है सतगुरु की बाणी का फरमान है। महाराज कहते जो सानू कोई दुख होंगे तो किसी दूसरे के नाल अपना दुख आप साझा करते गलबात करते हैं ना तो जो अपने दुख को सुना लग जाता है फिर सानू पता लगता है भी मैथों भी दुखी है मेरा दुख कहता है। सतगुरु जी बाणी में कहते जिस पर खुद गड़गड़ी दुखी हरियाया जो किसी नाल तुसी दुखां की सांझ पाओगे गल करोगे ना तो महाराज कहते फिर जो पूरे दुख सुनोगे फिर तुहानू प्रतीत हो जाऊगी देखने को तो बड़ा सुखी लगता सी बड़ा सौखा लगता सी पर इतने दुखी बहुत है ये जो दुख मेरे नालों भी बहुत वड्डे ने इसलिए दुनिया के तो हर एक जीव ने कोई ना कोई विछड़िया कोई ना कोई है क्योंकि यह परमात्मा का हुक्म है और कला दुनिया की जीव आता है कला दुनिया को जाता है जदों वो घर में सदा आता फरमान आता फिर कोई सौदियाँ कोई दवाइया कोई कहता दारू मेरे बस यू पचा मेरे बस है मेरे को सौदियाँ दवाइया ही ऐसा ने पर कबीर जी कहते ये गल भुल जाता है भी ये तो वस्तु परमात्मा की दिखी हुई है वो देन है ये तो वस्त्र पाल की जब भावे ले
खास जो जी करता हो सकता है इतने फिर जोर नहीं चलता कि आप पढ़ते हैं कि किसी जीव के तन के उपर किरम तिकर चल जाते हैं दुख लम्मा हो जाता है कहना महाराज मेरे से पड़ता पा दी मैं दुनिया को चला जावा बड़ा दुखी है पर देखो जोर के नाल ना कोई मर सकता है ना कोई जोर के नाल ज्यों सकता है सतगुरु जी बाणी कहते जोर ना जीवन काफी जग तो चले गए सेख हजाती जग ना कोई तो रहे जिस आसन हम बैठे किते बैस गया इसलिए यह दुनिया के उत्ते जो आया जो समा आ दुनिया के उत्तर चला जाता है श्री राम जी दे सपुत्र नरेंद्र कुमार जी छोटी उम्र इस दुनिया के उत्तर चले गए हैं तो उन्होंने माता सुकुंतला देवी जी ने और नरेंद्र कुमार का सपुत्र जोड़ा पिंड किसान सिंह है अपने समूह परिवार को साख संबंधियों रिश्तेदार मित्र प्यारियों सदीवी विछोड़ा दे के परमात्मा के हुक्म अनुसार ये दुनिया के उत्तर चले गए हैं क्योंकि इतने किसी का भी कोई जोर नहीं चलता वो परमात्मा के अगे और ये पाणा भी आखिरकार सानू मनना पैंदा है ते पाणे विच ही रहना पैंदा है गुरु क्या ने भी इस पाणे नू मनना कीता जिवें माता जीता जी आप जी दे नाल विचार सांझी कीती कि चार पुत्र शहीद होंदे ने ते सारा वरतांत अखी देख लिया भी ये होना है इस करके जो भी परमात्मा ने विधि का विधान लिखा होंदा है उसनू कोई टालन वाला नहीं ज्यों ज्यों तेरा हुक्म तिवें तिवें होना जै जै रखे आप जिथे वो रखता तिथे जीवन रहना पैदा जय जय रखे आप ते जाय करो बना आओ आनंद सदा जाप करके गुरु चरणा ਪਰ
ਪੰਜਾਂ ਪਿਆਰਿਆਂ ਚੋਂ ਸਹਿਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਉੱਠ ਕੇ ਛੱਕਿਆ ਦੇਸ਼ ਰਾਏ ਦੀ ਕੁਆਰੀ ਦੀ ਕੇਂਦਰ ਕੀਤਾ ਤੇ ਨਾਮ ਪਿਆਰਿਆਂ ਚਿਹਰਿਆਂ ਦੀ ਕੁਮਾਰੀ ਦਾ ਧੰਤ ਖਾਲਸਾ ਜੀ ਸਾਹਿਬ ਗੁਰੂ ਜੀ ਸ੍ਰੀ ਸਵਰਗ ਗੁਰਦੁਆਰਾ ਦਾ ਧੰਤ ਖਾਲਸਾ ਜੀ ਸਾਹਿਬ ਗੁਰੂ ਜੀ ਸ੍ਰੀ ਪਰਤਨੇ ਸਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਵਤ ਖਾਲਸਾ ਜੀ ਕੋ ਵਾਹਿਗੁਰੂ ਚਿਤਿਆ ਵੈ ਓਂਕਾਰ ਸਤਿਕਾਰ ਸਭ ਸੁਖੋਈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਚਰੈ ਦੇ ਕੇ ਫਤਿਹ ਬਿਰਦ ਕੀ ਪੈਜ ਬੰਦਗੀ ਸਤਿ ਸਾਈ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਪੈਰ ਰਹਿਤ ਦਾਨ ਵਿਵੇਕ ਦਾਨ ਸਾਈ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸਿੰਘ ਅੰਮ੍ਰਿਤਸਰ ਜੀ ਦਰਸ਼ਨ ਨਾਮ ਚੁਕਲਾ ਨਾਨਕ ਨਾਮ ਤੇਰੇ ਭਾਣੀ ਸਭ ਕਾ ਪਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲੇ ਹੋਵੇ ਨਾਨਕਾ ਸਦਾ ਉੱਠੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।